सूबे अंदर चोन जाबता लागू है। हर शहर विच वड्डी गिनती विच सुरक्षा मुलाजम तैनात ने, पर मोगा जिले की कहानी वखरी जापदी है। इत्थे दो दिन पहला पिंड मल्लेवाल दे थाना बदनी कलां विच लखां दी बैंक डकैती हुई है। पुलिस की ढीली कारगुजारी की यह घटना मिसाल है। यह मामला हाले सुलझा भी नहीं कि मोगा शहर विच हुई एक होर घटना ने साबित कर दिता कि पुलिस का गैर समाजिक अंसरां ते कोई दबा नहीं रहा, वह बेखौफ होकर अपनी कार्रवाइयां नूं अंजाम दे रहे ने। बीते दिन मोगा के पौश इलाके आनंद नगर विचों लुटेरिया ने घर के बाहर बैठी हुई एक बुजुर्ग महिला तो गहने खो लए अते उत्थों फरार हो गए। यह पूरा मामला सीसीटीवी कैमरे विच कैद होया है। तस्वीरां विच साफ देखा जा सकता है कि बुजुर्ग महिला कोल गया लुटेरा पहला तो आराम नाल कुछ पुछदा है, पर बाद विच बड़ी बेदर्दी नाल महिला के गहने लुटदा है, महिला नूं जमीन ते पटक दिंदा है ते पूरी फुर्ती नाल उत्थों रफू चक्कर हो जांदा है। तस्वीरां दिल नूं दहलाउण वालियां ने ते रोंगटे खड़े कर देण वालियां ने। ਕਿ ਮੇਰੇ ਘਰ ਨਾਲ ਘਟਨਾ ਵਾਪਰੀ ਹੈ। ਵੀ ਇੱਕ ਮੁੰਡਾ ਆਇਆ ਮੇਰੇ ਕੋਲ, ਪਹਿਲਾਂ ਸਾਈਕਲ ਮੋਟਰਸਾਈਕਲ ਆਮ ਬਹੁਤ ਲੰਘ ਜਾ, ਸਾਨੂੰ ਨਹੀਂ ਪਤਾ ਕੌਣ ਲੰਘਦਾ ਕੌਣ ਨਹੀਂ। ਮੇਰੇ ਕੋਲ ਇੱਕ ਮੁੰਡਾ ਆਇਆ, ਉਹ ਕਹਿੰਦਾ ਉਹਨੇ ਸਿਰ 'ਤੇ ਟੋਪੀ ਲਈ ਹੋਈ ਹੈ ਅਤੇ ਟੀ ਸ਼ਰਟ 'ਤੇ ਉਹ ਪਾਈ ਹੋਈ ਹੈ, ਮੂੰਹ 'ਤੇ ਮਾਸਕ ਲਾਇਆ ਹੋਇਆ ਹੈ। ਉਹ ਆ ਕੇ ਮੈਨੂੰ ਕਹਿੰਦਾ ਜੀ ਨਾ ਆਹ ਘਰ ਵਾਲੇ ਕਿੱਥੇ ਗਏ ਹੈ। ਮੈਂ ਕਿਹਾ ਮੈਨੂੰ ਤਾਂ ਪਤਾ ਨਹੀਂ। ਉਹਨੇ ਦੁਬਾਰਾ ਫਿਰ ਥੋੜ੍ਹੀ ਦੋ ਕਦਮ ਮੂਹਰੇ ਹੋ ਕੇ ਫਿਰ ਉਹਨੇ ਮੈਨੂੰ ਕਿਹਾ ਕਿੱਥੇ ਗਏ ਹੈ। ਮੈਂ ਕਿਹਾ ਮੈਨੂੰ ਤਾਂ ਪਤਾ ਨਹੀਂ। ਅਤੇ ਜਦੋਂ ਮੈਂ ਦੂਸਰੀ ਵਾਰੀ ਉਹਨੇ ਕਿਹਾ ਨਾ, ਉਦੋਂ ਉਹਨੇ ਦੋਨਾਂ ਕੰਨ ਮੇਰੇ ਫੜ ਕੇ ਉਹਨੇ ਖਿੱਚ ਲਏ ਅਤੇ ਮੇਰੇ ਬਸ ਮੈਨੂੰ ਉਹ ਡਿੱਗ ਗਿਆ। ਆਪੋ ਸਭ ਮੇਰੀ ਬਾਈ ਤਰਫ ਦੇ ਘੁੰਮਿਆਰਾਂ ਵਾਲੇ ਪਾਸੇ ਨੂੰ ਦੌੜ ਗਿਆ, ਪੜੇ ਜਾ ਕੇ ਉਸ ਕੈਮਰੇ 'ਚ ਆਇਆ ਵੀ ਮੋਟਰਸਾਈਕਲ ਦੇ ਉੱਤੇ ਬੈਠਿਆ ਹੋਵੇ, ਮੇਰੇ ਕੋਲ ਇਕੱਲਾ ਆਇਆ ਉਹ। ਕਿੰਨੀ ਕੁ ਉਮਰ ਹੋਊਗੀ ਜੀ? ਉਮਰ ਉਹਦੀ ਅੰਦਾਜ਼ਾ ਹੋਊਗੀ 20-25 ਦੇ ਦਰਮਿਆਨ। ਰਿਪੋਰਟ ਲਿਖਾਈ ਪੁਲਿਸ ਰਿਪੋਰਟ? ਹਾਂਜੀ, ਪੁਲਿਸ ਰਿਪੋਰਟ ਲਿਖਾਈ ਤੁਸੀਂ? ਹਾਂ, ਪੁਲਿਸ ਰਿਪੋਰਟ ਦਿੱਤੀ ਹੋਈ ਹੈ। ਕੀ ਕਹਿੰਦੇ ਪੁਲਿਸ ਵਾਲੇ? ਉਹ ਜਦੋਂ ਆਈ ਉਦੋਂ ਥੋੜ੍ਹੀ ਦੇਰ ਬਾਅਦ ਹੀ ਪੁਲਿਸ ਦੇ ਵਾਪਰੀ ਕਹਿੰਦਾ ਕਿ 12:30-1 ਦੇ ਦਰਮਿਆਨ ਦਾ ਟਾਈਮ ਹੈ। ਮੈਂ ਪੂਰਾ ਤਾਂ ਮੈਂ ਦੇ ਨਹੀਂ ਸਕਦੀ, ਮਤਲਬ 12 ਤੋਂ ਜ਼ਿਆਦਾ ਸੀ, ਅੰਦਾਜ਼ਾ ਵੀ 12:30-1 ਦਾ ਟਾਈਮ ਹੋਊਗਾ। ਠੀਕ ਹੈ, ਪੁਲਿਸ ਵਾਲੇ ਕੀ ਕਹਿੰਦੇ ਹੁਣ? ਪੁਲਿਸ ਵਾਲੇ ਐਵੇਂ ਪੁੱਛ ਕੇ ਪੁਲਿਸ ਵਾਲਾ ਚਲਾ ਗਿਆ। ਉਧਰ ਇਸ ਘਟਨਾ ਤੋਂ ਬਾਅਦ ਵਾਰਡ ਦੇ ਐਮਸੀ ਨੇ ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਕੀਤੇ ਅਤੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰ ਠੋਸ ਕਾਰਵਾਈ ਦੀ ਮੰਗ ਕੀਤੀ ਹੈ। ਮੇਰਾ ਨਾਮ ਵਿੱਕੀ ਹੈ ਜੀ। ਵਿੱਕੀ ਜੀ, ਕੱਲ ਇੱਕ ਵਾਲੀਆਂ ਖੋ ਕੇ ਲੈ ਗਏ, ਕੀ ਮਾਮਲਾ ਸੀਗਾ ਇਹ? ਮਾਮਲਾ ਸਾਡੀ ਮਾਤਾ ਜੀ ਬੈਠੇ ਸੀ ਬਾਹਰ, ਧੁੱਪ ਸੇਕਦੇ ਪਏ ਸੀਗੇ, ਦੋ ਮੋਟਰਸਾਈਕਲ ਦੇ ਲੁਟੇਰੇ ਆਏ ਔਰ ਮਾਤਾ ਜੀ ਦੇ ਕੰਨ ਦੇ ਵਿੱਚੋਂ ਵਾਲੀਆਂ ਲੈ ਕੇ ਲੈ ਗਏ। ਮਾਤਾ ਜੀ ਜ਼ਮੀਨ ਦੇ ਵਿੱਚ ਵੱਜੇ, ਉਹਨਾਂ ਦੇ ਬਲੱਡ ਵੀ ਕਾਫੀ ਨਿਕਲਿਆ ਉਹਨਾਂ ਦੇ। ਦੇਖੋ ਕੀ ਹਾਲਾਤ ਹੋ ਰਹੇ ਆਪਣੇ ਪੰਜਾਬ ਦੇ, ਆਪਣੇ ਪ੍ਰਸ਼ਾਸਨ ਨੇ ਸੋਚਣਾ ਚਾਹੀਦਾ ਹੈਗਾ। ਗਲੀਆਂ ਦੇ ਵਿੱਚ ਵੀ ਆ ਕੇ ਚੋਰ ਜਿਹੜੇ ਹੈਗੇ ਲੁੱਟਾਂ ਖੋਹਾਂ ਕਰਦੇ ਪਏ ਹੈਗੇ ਆ। ਅੱਜ ਦੇ ਟਾਈਮ ਦੇ ਵਿੱਚ ਬਾਹਰ ਪੈਣਾ ਵੀ ਮੁਸ਼ਕਲ ਹੋ ਰਿਹਾ, ਲੋਕਲ ਧੁੱਪ ਸੇਕਣ ਦੇ ਲਈ ਬਾਹਰ ਪੈਂਦੇ ਆ, ਅਤੇ ਕੀ ਕਾਰਨਾਮੇ ਹੋ ਰਹੇ ਆ। ਵਿੱਕੀ ਜੀ, ਅਕਸਰ ਦੇਖਿਆ ਫੋਟੋਆਂ ਵੀ ਆ ਜਾਂਦੀਆਂ, ਕੈਮਰੇ 'ਚ ਵੀ ਆ ਜਾਂਦੇ, ਪਰ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਢਿੱਲ ਕਿਉਂ ਆ? ਇਹ ਦੇਖੋ ਜੀ, ਇਹ ਤਾਂ ਪ੍ਰਸ਼ਾਸਨ ਨਹੀਂ ਪਤਾ ਇਸ ਗੱਲ ਦਾ ਕਿਉਂ ਢਿੱਲ ਰਹਿੰਦੀ ਹੈ ਕਿ ਕਈਆਂ ਦਾ ਫੋਟੋਆਂ ਵੀ ਵੇਖ ਜਾਂਦੀਆਂ ਫਿਰ ਵੀ ਬੰਦੇ ਨਹੀਂ ਮਿਲਦੇ ਹੈਗੇ ਆ। ਇਹ ਕਮਜ਼ੋਰੀ ਆ ਆਪਣੇ ਪ੍ਰਸ਼ਾਸਨ ਦੀ, ਪ੍ਰਸ਼ਾਸਨ ਨੂੰ ਇਹ ਚੀਜ਼ਾਂ ਸੋਚਣੀਆਂ ਚਾਹੀਦੀਆਂ, ਲੋਕਾਂ ਨੂੰ ਇੱਕ ਅੱਛਾ ਮਾਹੌਲ ਦੇਣਾ ਚਾਹੀਦਾ ਹੈਗਾ। ਅਗਰ ਲੋਕਾਂ ਨੂੰ ਅੱਛਾ ਮਾਹੌਲ ਨਹੀਂ ਮਿਲੂਗਾ ਤਾਂ ਉਹ ਸਰਕਾਰ 'ਤੇ ਹੀ ਗੱਲ, ਪ੍ਰਸ਼ਾਸਨ 'ਤੇ ਹੀ ਗੱਲ। ਅਕਸਰ ਮੋਗੇ ਦੇ 'ਚ ਦੇਖਿਆ ਮੋਟਰਸਾਈਕਲ ਚੋਰੀ, ਚੈਨ ਸਨੈਚਿੰਗ, ਹੋਰ ਬਹੁਤ ਲੁੱਟ ਖੋਹਾਂ ਹੋ ਰਹੀਆਂ, ਇਹ ਮੋਗੇ ਦੇ 'ਚ ਕੁਝ ਜ਼ਿਆਦਾ ਨਹੀਂ ਹੋ ਰਹੀਆਂ? ਬਿਲਕੁਲ ਹੋ ਰਹੀਆਂ ਜੀ। ਦੇਖੋ ਆਸੇ ਪਾਸੇ ਪਤਾ ਨਹੀਂ ਕਿੱਥੋਂ ਆ ਜਾਂਦੇ ਹੈਗੇ ਆ ਔਰ ਗਲੀਆਂ ਦੇ ਵਿੱਚ ਲੁੱਟ ਖੋਹ ਕਰਦੇ ਪਏ ਹੈਗੇ ਆ। ਇਹ ਤਾਂ ਬੜਾ ਹੀ ਗਲਤ ਕੰਮ ਹੋ ਰਿਹਾ ਹੈਗਾ, ਇਹ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਹੈਗਾ। ਔਰ ਜਿੰਨੇ ਵੀ ਇਹ ਚੋਰ ਲੁਟੇਰੇ ਹੈਗੇ ਆ, ਦੇਖੋ ਉਹਨਾਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਕਰਦੇ, ਨਾਲ ਸਮਾਨ ਲੈ ਜਾਂਦੇ ਹੈਗੇ, ਨਾਲ ਉਹਨਾਂ ਦਾ ਸੱਟ ਮਾਰ ਜਾਂਦੇ ਹੈਗੇ ਆ। ਇਹਨਾਂ ਦੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਔਰ ਇਹੋ ਜਿਹੇ ਲੁਟੇਰਿਆਂ ਨੂੰ, ਚੋਰਾਂ ਨੂੰ, ਇਹਨਾਂ ਨੂੰ ਉਸ ਤਰ੍ਹਾਂ ਦੀ ਸਜ਼ਾ ਦੇਣੀ ਚਾਹੀਦੀ ਵੀ ਗਾਂਹ ਨੂੰ ਇਹਨਾਂ ਦੇ ਆਸ ਪਾਸ ਵੀ ਕੋਈ ਇਹੋ ਜਿਹੀ ਹਰਕਤ ਕਰਨ ਲੱਗੇ। ਸੋਚੇ इस घटना बारे पुलिस का कहना है कि सूचना मिल चुकी है ते सीसीटीवी कैमरे दी फुटेज दे आधार ते लुटेरे नूं काबू करन दीआं कोशिशां कीतीआं जा रहीआं ने। मोगा विच दिनों दिन अपराधी घटनावां दा वधना कई तरह दे सवाल खड़े कर रहा है। पहला बैंक लुट, हुण घर दे बाहर तों गहिणियां दी लुट, पुलिस दी नाकामी अते ढिल्ली कारगुजारी दी मिसाल है। वेखना होवेगा कि पीड़ित बुजुर्ग महिला नूं इंसाफ कदों मिलदा है। मोगा तों गुरदेव भम दी रिपोर्ट, ग्लोबल पंजाब टीवी।